याद कर ले उमर जाती किधर गया समझ ध्यान है वे सोची गल दीवानिया मत मारी नुकसान है वे दया सिंह तू सुखां ते तीर छटी जिचर जिसम दी कहना कमान है वे जिचर जिसम दी कहना कमान है वे में मेरी ये समय ने ढोल मारे ऐ पर ए दे विच तेरी आवाज कोई ना जेड़ा मुर्दियां ताई नचा देवे किसी को लते आए हो जा साज कोई ना चक्कड़ रहन चुल दे इन कलाब आवे अरश फरश की मिट्टी अटौन वाला तेरे डुले शहीदा दे खून उत्ते कोई भी जमया तूर नहीं पाउण वाला जिन्ने हार गम पूजिया अकाल सिर झुकदा गुजरी दलाल तन करबानिया लाल लाल ले कहाँ ले सामे
ਇਹ ਤੀਜੀ ਵਾਰੀ ਐਲਾਨ ਜਾਰੀ ਹੋਇਆ ਕੋਈ ਭਾਰਤ ਦੇਸ਼ ਦੇ ਅੰਦਰ ਇਸ ਦੇਸ਼ ਦੇ ਅੰਦਰ ਕੋਈ ਗੈਰ ਮੁਸਲਮਾਨ ਆਜ਼ਾਦੀ ਵਾਲਾ ਕੋਈ ਹੱਕ ਨਹੀਂ ਰੱਖਦਾ ਕੋਈ ਗੈਰ ਮੁਸਲਮਾਨ ਜਿਹੜਾ ਮੁਸਲਮਾਨ ਹੈ ਉਹਨੂੰ ਘੋੜ ਸਵਾਰੀ ਕਰਨ ਦਾ ਅਧਿਕਾਰ ਹੈ ਗੈਰ ਮੁਸਲਮਾਨ ਨੂੰ ਨਹੀਂ ਗੈਰ ਮੁਸਲਮਾਨ ਆਪਣੇ ਘਰ ਵਿੱਚ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਵਿੱਚ ਸ਼ੋਰ ਸ਼ਰਾਬਾ ਨਹੀਂ ਕਰ ਸਕੇਗਾ ਉਹਨੂੰ ਗੁਲਾਮ ਬਣਾ ਕੇ ਰੱਖਿਆ ਜਾਏ ਉਹਨਾਂ ਦੇ ਧਾਰਮਿਕ ਪ੍ਰੋਗਰਾਮਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ ਇਹ ਸਾਰਾ ਕੁਝ ਬਾਦਸ਼ਾਹ ਔਰੰਗਜ਼ੇਬ ਨੇ ਸਮੇਂ ਸਮੇਂ ਆਪਣੇ ਇਹ ਫਰਮਾਨ ਜਾਰੀ ਕੀਤੇ 1675 ਈਸਵੀ ਤੋਂ ਪਹਿਲਾਂ ਇੱਕ ਸਾਲ 1674 ਈਸਵੀ ਨੂੰ ਬਾਦਸ਼ਾਹ ਔਰੰਗਜ਼ੇਬ ਦਿੱਲੀ ਤੋਂ ਤੁਰਿਆ ਉੱਤਰ ਪੱਛਮ ਦੇ ਇਲਾਕੇ ਨੂੰ ਇਸ ਨੇ ਜਾਣ ਵਾਸਤੇ ਸਰਹੰਦ ਪੁੱਜਾ ਹਸਨ ਅਬਦਾਬ ਦੀ ਧਰਤੀ ਵੱਲੇ ਜਾਣ ਦੇ ਲਈ ਜਦੋਂ ਸਰਹੰਦ ਪੁੱਜਾ ਇੱਥੇ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗਿਆ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਪੂਰਬ ਦੇ ਦੌਰੇ ਤੇ ਗਏ ਹੋਏ ਸਨ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਸਰਹੰਦ ਦੇ ਨਵਾਬ ਸਰਹੰਦ ਦੇ ਸੂਬੇਦਾਰ ਦਿਲਾਵਰ ਖਾਨ ਨੂੰ ਹੁਕਮ ਜਾਰੀ ਕੀਤਾ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਕਰੜੀ ਨਿਗਾਹ ਰੱਖਣ ਦੀ ਲੋੜ ਹੈ ਇਹ ਹਦਾਇਤ ਜਾਰੀ ਕਰਕੇ ਬਾਦਸ਼ਾਹ ਔਰੰਗਜ਼ੇਬ ਅੱਗੇ ਤੁਰ ਗਏ ਸਮਾਪਣੀ ਚੱਲ ਚੱਲਿਆ ਉਧਰੋਂ ਕਸ਼ਮੀਰ ਦਾ ਗਵਰਨਰ ਜਿਹਦਾ ਖਿਤਾਬ ਹੈ ਸ਼ੇਰੇ ਅਫਗਾਨ ਇਸ ਸ਼ੇਰੇ ਅਫਗਾਨ ਦੇ ਖਿਤਾਬ ਵਾਲੇ ਕਸ਼ਮੀਰ ਦੇ ਸੂਬੇਦਾਰ ਕਸ਼ਮੀਰ ਦੇ ਗਵਰਨਰ ਨੇ ਬਾਦਸ਼ਾਹ ਔਰੰਗਜ਼ੇਬ ਦਾ ਇਹ ਹੁਕਮ ਸਾਰੇ ਕਸ਼ਮੀਰ ਦੇ ਵਿੱਚ ਡੰਕੇ ਦੀ ਚੋਟ ਤੇ ਲਾਗੂ ਕੀਤਾ ਵੱਡੇ ਵੱਡੇ ਪੰਡਿਤ ਖੜੇ ਜਾਣ ਲੱਗੇ ਉਹਨਾਂ ਦੀਆਂ ਧੋਤੀਆਂ ਬੋਧੀਆਂ ਲਾਹੀਆਂ ਜਾਣ ਲੱਗੀਆਂ ਧੱਕੇ ਦੇ ਨਾਲ ਉਹਨਾਂ ਨੂੰ ਜਨੇਊ ਲਾ ਕੇ ਉਹਨਾਂ ਦੀ ਸੁਨਤ ਕੀਤੀ ਜਾਣ ਲੱਗੀ ਉਹਨਾਂ ਨੂੰ ਕਲਮੇ ਪੜਾਏ ਜਾਣ ਲੱਗੇ ਹਿੰਦੂਆਂ ਦੀਆਂ ਕੁਆਰੀਆਂ ਲੜਕੀਆਂ ਨੂੰ ਚੁੱਕ ਕੇ ਧੱਕੇ ਦੇ ਨਾਲ ਬੇਗਮਾ ਬਣਾਇਆ ਜਾਣ ਲੱਗਿਆ ਚਾਰ ਚੁਫੇਰੇ ਹਾਹਾਕਾਰ ਮੱਚ ਗਈ ਕਿਉਂਕਿ ਕਸ਼ਮੀਰ ਦੇ ਬ੍ਰਾਹਮਣ ਸਾਰੇ ਹੀ ਧਰਮ ਦੇ ਆਗੂ ਬਣੇ ਬੈਠੇ ਸਨ ਤੇ ਇਸ ਕਸ਼ਮੀਰ ਦੇ ਗਵਰਨਰ ਨੇ ਦਿਲ ਵਿੱਚ ਠਾਣ ਲਈ ਸੀ ਬਾਦਸ਼ਾਹ ਔਰੰਗਜ਼ੇਬ ਦੀ ਨੀਤੀ ਨੂੰ ਜੇ ਸਾਰੇ ਦੇਸ਼ ਦੇ ਵਿੱਚ ਲਾਗੂ ਕਰਨਾ ਹੈ ਤੇ ਕਸ਼ਮੀਰ ਤੋਂ ਸੇਵ ਥਾਂ ਹੋਰ ਕੋਈ ਨਹੀਂ ਇੱਥੋਂ ਦੇ ਲੋਕ ਕਾਬੂ ਵਿੱਚ ਆ ਗਏ ਬਾਕੀ ਦੇ ਲੋਕ ਆਪਣੇ ਕਾਬੂ ਵਿੱਚ ਆ ਜਾਣਗੇ ਪੂਰੇ 6 ਮਹੀਨੇ ਤਸ਼ੱਦਦ ਜ਼ੁਲਮ ਇਸ ਕਸ਼ਮੀਰ ਦੇ ਬ੍ਰਾਹਮਣਾਂ ਨੇ ਆਪਣੇ ਉੱਤੇ ਚੱਲਿਆ ਅਖੀਰ ਕਿਰਪਾ ਰਾਮ ਦੱਤ ਬ੍ਰਾਹਮਣ ਕੁਰਲਾਇਆ ਗਿੜਗਿੜਾਇਆ ਉਹਨੇ ਹਰਿਦੁਆਰ ਉਹਨੇ ਮਥੁਰਾ ਆਦਿਕ ਵੱਡੇ ਸ਼ਹਿਰਾਂ ਦੇ ਬ੍ਰਾਹਮਣਾਂ ਦੇ ਨਾਲ ਤਾਲਮੇਲ ਬਣਾਇਆ ਇੱਕ ਵੱਡਾ ਸਾਰਾ ਡੈਪੂਟੇਸ਼ਨ ਲੈ ਕੇ ਅਨੰਦਪੁਰ ਦੀ ਧਰਤੀ ਵੱਲ ਨੂੰ ਵਹੀਰਾਂ ਕਰ ਦਿੱਤੀਆਂ ਇਹਨਾਂ ਪੰਡਤਾਂ ਨੂੰ ਪਤਾ ਹੈ ਗੁਰੂ ਤੇਗ ਬਹਾਦਰ ਹੀ ਅਕੇਤਾਂ ਦੀ ਸ਼ਮਸ਼ੀਰ ਹੈ ਜਿਹੜੀ ਸਾਨੂੰ ਬਾਦਸ਼ਾਹ ਔਰੰਗਜ਼ੇਬ ਦੇ ਕਹਿਰ ਤੋਂ ਜ਼ੁਲਮ ਤੋਂ ਬਚਾ ਸਕਦੀ ਚੰਗੀ ਤਰ੍ਹਾਂ ਜਾਣਦੇ ਨੇ ਇਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ 2 ਵਾਰ ਗ੍ਰਿਫਤਾਰ ਕੀਤਾ ਜਾ ਚੁੱਕੀ ਇੱਕ ਵਾਰੀ ਤਰਨਤਾਰਨ ਦੀ ਧਰਤੀ ਤੋਂ ਇੱਕ ਵਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀਆਂ ਡੇਟਾਂ ਮਿਲਦੀ ਅੱਜ ਤੀਜੀ ਵਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਪੰਡਿਤ ਜਿਹੜੇ ਨੇ ਬ੍ਰਾਹਮਣ ਨੇ ਕਿਰਪਾ ਰਾਮ ਦੱਤ ਬ੍ਰਾਹਮਣ ਦੀ ਅਗਵਾਈ ਦੇ ਵਿੱਚ 16 ਵੱਡੇ ਮਹਾਂ ਨਗਰਾਂ ਦੇ ਬ੍ਰਾਹਮਣ ਇਕੱਠੇ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ 25 ਮਈ 1675 ਈਸਵੀ ਨੂੰ ਆਪ ਲਿਆਉਂਦੇ ਰੋਂਦੇ ਹੋਏ ਪੰਡਤਾਂ ਨੇ ਅੱਖਾਂ ਦੇ ਵਿੱਚੋਂ ਹੰਝੂ ਘੇਰੇ ਮੇਰੇ ਦਾਤਾਰ ਦੀਨ ਨੂੰ ਦੇ ਸਾਹਮਣੇ ਗਿੜਗਿੜਾ ਕੇ ਵਾਸਤੇ ਪਾਏ ਤਰਲੇ ਪਾਏ ਹੇ ਦੀਨ ਦੁਨੀਆਂ ਦੇ ਵਾਲੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਡਾ ਧਰਮ ਡੁੱਬਦਾ ਜਾ ਰਿਹਾ ਰੁੜਦਾ ਜਾ ਰਿਹਾ ਸਾਨੂੰ ਪ੍ਰਵਾਸ ਦੇਵੋ ਸਾਡੀ ਬਾਹ ਹੋ ਚੰਦ ਅੱਖਰ ਹਨ ਦਾਤਾ ਆਏ ਹਨ ਤੇਰੇ ਦਰਬਾਰ ਅੰਦਰ ਔਰੰਗਾ ਅਸਾਂ ਤੇ ਜ਼ੁਲਮ ਕੁਮਾਰਿਆ ਧੋਤੀ ਬੋਧੀ ਜਨੇਊ ਨੂੰ ਸੁੱਟ ਪਾਸੇ ਸੁਨਤ ਤੇਗ ਦੇ ਨਾਲ ਕਰਾ ਰਿਹਾ ਸਤ ਕੋੜ ਦਾ ਜਨਮ ਸਤਵੰਤੀਆਂ ਦੇ ਬੇਗਮਾ ਧੱਕੇ ਦੇ ਨਾਲ ਮਨਾ ਰਿਹਾ ਹਿੰਦੂ ਧਰਮ ਦੇ ਬੇੜੇ ਨੂੰ ਲਾਏ ਬੰਨੇ ਬਲਦੇਵ ਮਲਾਹ ਨਾ ਨਜ਼ਰੀ ਆ ਰਹੀ ਸਤਿਗੁਰੂ ਸਾਡਾ ਧਰਮ ਖਤਰੇ ਵਿੱਚ ਹੈ ਕਰੋ ਕਿਰਪਾ ਸਾਡੇ
डुबदे हुए धर्म के बेड़े को बन्ने ला दियो। जिवें दुखी पंडतां ने आनंदपुर साहब की पावन धरती से गुरु तेग बहादुर साहब के सामने फरियाद की, उस वेले का सीन इस कविश्री के अहम शब्द ड्योर शब्द के राही आप जी की नजर क्यों कर नजारे सुनी। बन के बोला का शमी बनता पुचे ना दबोरनी करता दे असंगा करा ना खंडा सुनो ना वे गोरनी तुझावे चे उदे तगाते फरे दजो अंगर हम कारा दे करता जो लम्हा है अंगर दे दजो हिंदू माँ बचारा दे अर्चना उन्होंने करते ने जेड़े शास्त्रधारी ते छत्री कहलाते ने
पूजा उन्हां दी करदे ने जिन्हां दा धर्म सी कि हर वेले जुर्म दे उत्ते डट जाणा, पर जदों अपने धर्म दे उत्ते मुसीबत बणी ते आसरा किसे दूजे दा लैणा पई। अज इस हिंदू धर्म दे बेड़े नूं बन्ने लाउण वास्ते ना कोई शिवजी बोलिया, जिहड़ा गल दे विच सप्पां दी माला पाई फिरदा, जिहड़ा हथ दे विच हर वेले त्रिशूल रखदा, किसे त्रिशूलधारी ने इहनां दी इमदाद ना की, किसे खड़गधारी ने इन्हां दी इमदाद ना की। शेर दे उत्ते फोटो ला के जिहदी पूजा की जाती, जिहनूं शेरां वाली कहिंदे ना बोली, पता नहीं कहड़ियां पहाड़ां दीआं कंदरां विच इन्हां दे देवी देवते लुक गए, उन्हां दे पैरोकार लुक गए, इन्हां नूं आसरा गुरु नानक दे घर दा लैणा। जिस घर दा इन्हां ने गुरु नानक पातशाह महाराज तों लैके हुण तक विरोध कीता, आसरा ढोई उसे घर तों लैणा पै। सच्चे पातशाह महाराज ने इन्हां रोंदे हुए पंडतां नूं तरवास दिता, रोंदे पंडतां नूं गुरां तरवास दिता, रखो हौसला, चित डुलाओ नहीं, पैदा किया है परवतगार सानू, उहनूं दिल दे विचों भुलाओ नहीं। सारी खलकत का मालक है आप जिहड़ा, एवें उस तों चित डुलाओ नहीं, होना वह बलदेव जो रब पाउंदा, हंजू नैणा दे विचों बहाओ नहीं। सच्चे पातशाह महाराज ने कहा अपना आपा क्यों खपाने हो, कोई गल नहीं, जो निरंकार नूं पाउंदा वाहिगुरू नूं पाउंदा वह हो के रहे। कह लगे नहीं सतगुरु जी, जिन्ना चिर साडी कोई बाह नहीं फड़ेगा, आखिरी द्वारा है तुहाडे दर ते आए हैं, मंदरां दे टल खड़काए ने, हवन कराए ने, पूजा अर्चना करा चुके हाँ, कित्यों कोई सानू प्रवास नहीं मिलिया, जे इस द्वारे तो सानू कोई ना मिली इत्थे यह खा के मर जावा। असी मुगलों के हथों मरना पसंद नहीं करते, बेइज्जत होना नहीं चाहते। सच्चे पातशाह महाराज ने कहा फिर की हो रहा, कह लगे सतगुरु सानू नहीं पता, सानू दुखियारियां नूं तारस दिओ। हजूर ने रात रखिया, निकटवर्ती सिखां दे नाल सलाह मशवरा किया, अखीर मता होया कि बादशाह औरंगजेब नूं सुनेहा भेज दिता जाए, इहनां नूं सताउणा बंद कर दे, जे गुरु तेग बहादुर इस्लाम प्रवान कर लै, ਇਹ ਆਪਣੇ ਆਪ ਇਸਲਾਮ ਪ੍ਰਵਾਨ ਕਰ ਲੈਣ। ਤੇ ਇਹ ਪੰਡਤਾਂ ਤੋਂ ਪੁੱਛਿਆ ਗਿਆ, ਮੰਨਦੇ ਹੋ ਆਪ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਣਾ? ਇਹਨਾਂ 16 ਮਹਾਂਨਗਰਾਂ ਦੇ ਪੰਡਤਾਂ ਨੇ ਸਾਈਨ ਕੀਤੇ, ਦਸਖਤ ਕੀਤੇ ਇੱਕ ਅਰਜ਼ੀ ਦੇ ਉੱਤੇ, ਐਪਲੀਕੇਸ਼ਨ ਦੇ ਉੱਤੇ, ਕਿ ਅਸੀਂ ਆਪਣੇ ਧਰਮ ਦਾ ਆਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਮੰਨਦੇ ਹਾਂ, ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਪ੍ਰਵਾਨ ਕਰ ਲੈਣ, ਅਸੀਂ ਆਪਣੇ ਆਪ ਇਸਲਾਮ ਪ੍ਰਵਾਨ ਕਰ ਲਵਾਂਗੇ। ਕਿੱਡਾ ਵੱਡਾ ਉਹਨਾਂ ਲੋਕਾਂ ਨੂੰ ਭਰੋਸਾ ਹੈ ਜਿਹੜੇ ਵਿਰੋਧੀ ਨੇ ਗੁਰੂ ਘਰ ਦੇ, ਕਿ ਗੁਰੂ ਤੇਗ ਬਹਾਦਰ ਡੋਲੇਗਾ ਨਹੀਂ, ਗੁਰੂ ਤੇਗ ਬਹਾਦਰ ਨੂੰ ਦੁਨੀਆਂ ਦੀ ਕੋਈ ਤਾਕਤ ਉਹਦੇ ਦ੍ਰਿੜ ਇਰਾਦੇ ਤੋਂ ਨਹੀਂ ਡੋਲਾ ਸਕੀ। ਉਹਨਾਂ ਨੂੰ ਵੀ ਭਰੋਸਾ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੋ ਗੁਰੂ ਹਰਿਦਾਸ ਨੇ ਚਾਰ ਜੰਗਾਂ ਲੜੀਆਂ, ਚੌਂ ਜੰਗਾਂ ਦੇ ਵਿੱਚ ਮੁਗਲੀਆ ਰਾਜਿਆਂ ਦਾ ਸਾਥ ਦਿੱਤਾ, ਪਹਾੜੀ ਰਾਜਿਆਂ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜੀਆਂ, ਕੇਵਲ ਦੁਸ਼ਮਣਾਂ ਸਿੱਧੀਆਂ ਮੁਗਲੀਆ ਹਕੂਮਤ ਦੇ ਨਾਲ ਮੇਰੇ ਦਰਬਾਰ ਨੇ ਲੜੀਆਂ, ਇੱਕ ਚਮਕੌਰ ਦੀ, ਇੱਕ ਮੁਕਤਸਰ ਦੀ, ਬਾਕੀ ਦੀਆਂ 12 ਜੰਗਾਂ ਮੇਰੇ ਦਰਬਾਰ ਪ੍ਰੀਤਮ ਨੇ ਕਿਸੇ ਮੁਗਲੀਆ ਹਕੂਮਤ ਨਾਲ ਨਹੀਂ, ਇਹਨਾਂ ਪਹਾੜੀ ਰਾਜਿਆਂ ਦੀ ਲੜੀਆਂ, ਜਿਹਨਾਂ ਪਹਾੜੀ ਰਾਜਿਆਂ ਦੇ ਪੈਰੋਕਾਰ ਅੱਜ ਅਨੰਦਪੁਰ ਦੀ ਧਰਤੀ 'ਤੇ ਖੜੇ। ਹਜ਼ੂਰ ਗੁਰੂ ਗੋਬਿੰਦ ਸਿੰਘ ਪਿਤਾ ਦਾ ਅਹਿਸਾਨ ਇਹਨਾਂ ਨੇ ਕਿਵੇਂ ਤਾਰਿਆ, ਸਾਰੇ ਇਤਿਹਾਸ ਤੋਂ ਅਸੀਂ ਚੰਗੀ ਤਰ੍ਹਾਂ ਵਾਕਫ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਮੰਨਦੇ ਹੋ ਇਹ ਗੱਲ, ਇਹਨਾਂ ਨੇ ਸਾਈਨ ਕੀਤੇ, ਆਪਣੇ ਧਰਮ ਦਾ ਮੋਢੀ, ਆਪਣੇ ਧਰਮ ਦਾ ਆਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਚੁਣ ਲਏ। ਖੁਸ਼ ਹੋ ਕੇ ਪੰਡਿਤ ਦਿੱਲੀ ਪਹੁੰਚੇ, ਦਿੱਲੀ ਇਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਦੀ ਗੁਜ਼ਾਰਿਸ਼ ਕੀਤੀ, ਬਾਦਸ਼ਾਹ ਔਰੰਗਜ਼ੇਬ ਇਹਨਾਂ ਨੂੰ ਨਹੀਂ ਮਿਲਿਆ, ਬਾਦਸ਼ਾਹ ਔਰੰਗਜ਼ੇਬ ਹਸਨ ਅਬਦਾਲ ਗਿਆ ਹੋਇਆ। ਇੱਥੋਂ ਦਾ ਸੂਬੇਦਾਰ ਹੈ, ਇੱਥੋਂ ਦਾ ਗਵਰਨਰ ਹੈ ਸਾਫੀ ਖਾਂ, ਇਸ ਸਾਫੀ ਖਾਂ ਸੂਬੇਦਾਰ ਨੂੰ ਇਹਨਾਂ ਨੇ ਆਪਣਾ ਅਰਜ਼ੀਨਾਮਾ ਦਿੱਤਾ, ਇਹਨਾਂ ਨੇ ਆਪਣੀ ਦਰਖਾਸਤ ਦਿੱਤੀ ਹੈ ਕਿ ਅਸੀਂ ਆਪਣੇ ਧਰਮ ਦਾ ਮੋਢੀ ਆਗੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲ ਚੁੱਕੇ ਹਾਂ, ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਪ੍ਰਵਾਨ ਕਰ ਲੈਣ, ਅਸੀਂ ਸਾਰੇ ਆਪਣੇ ਆਪ ਇਸਲਾਮ ਪ੍ਰਵਾਨ ਕਰ ਲਵਾਂਗੇ। ਇਹਨਾਂ ਦੀ ਹਜ਼ੂਰ ਨੇ ਬਾਹ ਫੜੀ, ਹੁਕਮ ਜਾਰੀ ਕਰ ਦਿੱਤਾ ਗਿਆ
बादशाह औरंगजेब दे कोले खबर पुजी। बादशाह औरंगजेब ने कहा गुरु तेग बहादुर नूं गिरफ्तार कर लिया है। खबर पुजियां इस साफी खान ने ड्यूटी लाई सरहद दे सूबेदार दिलावर खान। दिलावर खान ने ड्यूटी लाई रोपड़ दे थानेदार नूर मोहम्मद दी कि गुरु तेग बहादुर पातशाह महाराज नूं गिरफ्तार किया जाए। मिर्जा नूर मोहम्मद गुरु तेग बहादुर पातशाह महाराज की पालवी च निकल गए। पता है नेड़े है पर गुरु तेग बहादुर पातशाह नूं गिरफ्तार नहीं करना चाहता। उन्हें पता है बखेड़ा पै गया। सिख बड़ी भारी तादाद के गुरु तेग बहादुर साहब के नाल रहिंदे। मेरी छोटी जी टुकड़ी है कितने मुसीबत में ना पै जाना। इधरों हजूर गुरु तेग बहादुर पातशाह महाराज ने अपने साहबजादा गोबिंद राय को गुरता गद्दी की जिम्मेवारी बख्शी। निकटवर्ती सिखा हदायत की है सतगुरु गुरु गोबिंद राय पातशाह महाराज को दसवां गुरु स्थापित करके गुरु तेग बहादुर पातशाह महाराज आनंदपुर की धरती को निकल तुरे। मलकपुर रंगड़ा के स्थान उ मिर्जा नूर मोहम्मद को पता लगा गुरु तेग बहादुर साहब ने आप आनंदपुर छे चंद कु सिखा के नाल इस वे मलकपुर इतों हजूर सच्चे पातशाह गिरफ्तार किया। हजूर सच्चे पातशाह महाराज को गिरफ्तार किया मई महीने गिरफ्तार करके कुछ समा हजूर सच्चे पातशाह रोपड़ कुछ समा सरहद तो फिर दिल्ली लगाया। हजूर सच्चे पातशाह महाराज ने सरहद तो दिल्ली लगाने वास्ते पता कि राह प्यार किया। एक गड्ढे के उत्ते पिंजरा रखा। एक पिंजरे दियां सीखां अंदर नूं कीतियां गईयां। नाले दे विच बंदा आराम नाल बैठ सकता है ना आराम नाल खलो सकता है। सौना ते गाली बड़ी दूर ना बह सकता है ना खलो सकता है। इन्ना कु मदरा है सीधा खलोता नहीं जा सकता। इन्ना कु पीड़ा है चौकड़ा मार के बैठिया नहीं जा सकता। गुरु तेग बहादुर पातशाह महाराज नूं गड्ढे दे उत्ते पिंजरे दे विच बंद करके बरछे वाले बंदूकों वाले तलवारा वाले सिपाहियों के पहरे के आधार दिल्ली लगाया गया। हर थान के उत्ते हजूर नूं तसीहे दिते गए। अखीर कलगिया वाले पातशाह महाराज के इस पिता गुरु तेग बहादुर साहब महाराज की शहादत का प्रोग्राम पक्का हो गया। सूबेदार ने प्रोग्राम बना लिया कि गुरु तेग बहादुर को इस्लाम प्रवान करवानी है नहीं तो मुगलिया हुकूमत की तौहीन है। गुरु के तिना सिखा तसीहे देने शुरू किए। भाई मती दास भाई सती दास भाई दयाल दास इन्हें तिना जाने डराया गया धमकाया गया। गुरु तेग बहादुर पातशाह महाराज के नाल इन्हों गिरफ्तार किया गया। अखीर भाई मती दास ने कहा मैनू एक वारी गुरु तेग बहादुर पातशाह महाराज के दर्शन तो कर दो फिर मैं तुहाडे इस ख्याल बारे सोचा। भाई मती दास ने पिंजरे के क्ढ़िया। गुरु तेग बहादुर पातशाह महाराज जिस पिंजरे के कैद सन अज भी वह पिंजरा दिल्ली में पिया हुआ संगत कितने जाने दीदार कर वह पिंजरे का नक्शा चिता दे। सतगुरु गुरु तेग बहादुर पातशाह महाराज की हालत तक के मतीदास के नेत्रा के खून के डोरे उतरे। मेरे दातार प्रीतम अपने सिख न हुक्म कर अपने सेवादार हुक्म कर मैं दिल्ली के लाहौर का तख्ता पुठा कर देंगा। वजद में आके भाई मतीदास मेरे दातार प्रीतम को की कह रहे हैं तवज्जो देना जरा क्यों बेनती की। नामे गुरु शीश नवाके चरणी हाथ कुरान दे लाके कहता मती दास सनाके चाक मेरे दी पाऊगी पुठा करा राज दा तख्ता जे कर हुक्म सनाओगी पुठा करा राज दा तख्ता जे कर हुक्म सनाओगी। पापी कर ਕਰਕੇ ਹਾਰੇ ਰੰਗੇ ਰਹਿਣਾ ਕਮਾਉਣਾ
ਆਰੇ ਦੇ ਨਾਲ ਚੀਰ ਦਿੱਤਾ ਜਾਏ ਉਲਝਕਾਰ ਵਹਾਬ ਅਲੀ ਗੋਰੇ ਫਤਵਾ
फतवा जारी कर दिता। जलाद आए ने, जलादा ने भाई मती दास को फटिया विच बन्नण दा यत्न किया। भाई मती दास ने आख्या, ओ जलादो की तुहानू अपने आरे उत्ते भरोसा नहीं कि इहदा चीर मिंदा पै जाएगा। कह लगे, ये नहीं, जदो तेरे सिर उत्ते आरा चलेगा तू तड़फेगा, तेरा शरीर डोलेगा, डगमगाएगा, तू गिड़गिड़ाएगा, इस करके तैनू बन्नण लगे। भाई मती दास ने आख्या, मैनू फटिया विच ना बन्नो, मैं जिस जगह उत्ते खड़ गया एक इंच भी उस जगह तो हिलांगा नहीं। पर इन्हां जलादा ने भाई मती दास नूं फटिया विच बन्निया, सिर दे उत्ते आरा रखिया, नेड़े हो के काजी कहण लग्गिया, मती दास अजे भी फतवा वापस हो सकदा है, मेरे आखे लग इस्लाम प्रवान कर लै। ते भाई मती दास ने आख्या, मैनू इस्लाम प्रवान नहीं। जलादा ने आरे नूं खिंचना शुरू कीता। अदीब कहिंदा, दो उंगलां जब सीस विच आरे पाया, चीर मती दास दी बोल पे सुन काजी, तार तीर आरा प्यारा लगत है, कारा करो बनाए, सिर जांदा ते जान जो मेरा सिखी सिदक ना जाए। अज गुरु नानक का सिख कित्थे खड़ा है? अज गुरु नानक का सिख पता की कहिंदा? कहिंदा, MLA दी कुर्सी, MLA दी टिकट मैनू मिलनी चाहीदी है, भावें लखा सिखा दे खून दी नदी भरनी पै रही, भावें सिधांतियां धजियां उड़ाउणियां पै जाण, हवन कराउणे पै जाण, मैनू मंदरां विच जाणा पै जाए, मैनू सिख रहत मर्यादा तो बागी होणा पै जाए, कोई परवाह नहीं, बस MLA दी कुर्सी मिलनी चाहीदी। अज दा सिख कहिंदा, मेरे बच्चे कॉन्वेंट स्कूलों में पढ़ने चाहिए, पंजाबी आवे ना आवे की लेना पंजाबी। मती दास कहिंदा, सिर जांदा ते जान दिओ मेरा सिखी सिदक ना जाए। अज दा सिख कित्थे खड़ा है? हजूर गुरु तेग बहादुर पातशाह महाराज दीआं अखां दे सामने भाई साहब भाई मती दास दे शरीर दे दो फाड़े कर दिते गए, भाई मती दास दी शहादत प्राप्त कर गए। इस तों बाद वारी आई भाई दयाला जी, भाई दयाला जी नूं फतवा जारी किया गया, उपड़ती हुई देर इस भाई दयाले नूं बिठा दिता जाए। भाई दयाले ने गुरु तेग बहादुर पातशाह महाराज नूं नमस्कार की, उपड़ती हुई देर दे विच भाई दयाला जी चौंकड़ा मार के इदां बैठ गए। विच दोष दे आके तां काली फड़ा सिद्धि सिख दे अल्लाह।
उत्ते नहीं डुलना चाहिए क्योंकि उन्होंने भरम सी शहीद के खून की एक भी बूंद जे जमीन के उत्ते डुल जाए वो हजार लख शहीद पैदा हो जाते उन्होंने मनना इस जाचा कानून दड़िया शर्त ने कि सजावं ने पंच प्रकाश रतन सिंह पंगू ने अपने ग्रंथ में लिखिया वो लिखते ने कई चरख कई फांसी चाड़े चरखी पर चाड़ना फांसी चाड़ना कई तोपण कई छुरी कटारे कई सिर उंगली टूटे कई दब्बे कसीट के सुटे दब्बे कटे बंदूकर दए मार कौन बने गिनती कई हजार पान पान कर पकड़ बहाए साथ तैकड़ के शीस उड़ाए अख कट किसे खल लवाए बाह कट किसे कन कटवाए केसर वाले जो नर होई बाल बिंद लभ छड़े उन्हां नूं इस जाचा कानून के कुछ कु नुकते ज्ञानी रतन सिंह जी पंगू ने अपने प्राचीन पंथ प्रकाश में अंकित किए पर इहदे विचों होर भी बड़े सन चंगेज खान बंदे नूं जमीन दे विच धौण तक दब दिया करदा सी उहदे नेड़े तेड़े मिठा सुट देना सिर के उत्ते मिठा सुट देना ते फिर हल्के कुत्ते छड देने उहनां दे कोलों उस व्यक्ति नूं तड़वाउणा कीड़ियां दे भौण ते बंदे नूं बन्न देना उहदे जिस्म दे उत्ते मिठे दी चासनी मल देनी ते कीड़ियां दे भौण विच पाणी पा देना फिर तमाशा वेखना बंदे नूं सूली दे उत्ते टंग के तमाशा वेखना रूह विच बन्न के साड़ना भी एक तमाश बीना वाला ही नक्शा सी इन्हां नूं इंज लगदा सी मती दास नूं रूह दे विच बन्न के जदों अग लाई जाए जान बचाउण खातर कदी उधर भजेगा कदी उधर भजेगा पर इह नहीं जाणदे जे मती दास आरे दे नाल चीरिया जांदा होया रहिंदा जिन्हां गिड़गिड़ाया नहीं उन्हें अपनी जुबान तो हाए नहीं आख्या वो वाहगुरु की पावन बाणी विच लगा रहा ते ए उहदा वीर है डोलण वाला ए वी नहीं भाई सतीदास नूं रूह दे विच लपेट के अग ला दित्ती गई भाई सतीदास जिस जगह उत्ते खड़े सन एक इंच भी नहीं हिले जिउंदे जी भाई सर भाई सतीदास जी का शरीर जिहड़ा सी ओह अग्नि पेटा हो गया शहादत प्राप्त कर गए ताजी उन जकात महाबली कोरे के उत्ते इन्हां तिन्ना शहादतां का बड़ा गहरा असर होया अज इस काजी उन जकात महाबली कोरे गुरु तेग बहादुर पातशाह महाराज नूं शहीद करन दा फतवा जारी कर दिता जलाल जलालोद्दीन नूं कोल बुला के काजी उन जकात महाबली कोरे ने इस दिल्ली दे गवर्नर दे हुक्म दे नाल फतवा जारी कर दिता गुरु तेग बहादुर साहब का शीस ਧਰ ਦੇ ਨਾਲ ਜੁਦਾ ਕਰ ਦਿੱਤਾ ਜਾਏ ਦਿੱਲੀ ਦੇ ਰਹਿਣ ਵਾਲੇ ਲੋਕ ਇਹ ਤੱਕ ਰਹਿ ਸਕ ਨਾਲ ਹੀ ਦੋ ਲੈਣਾ ਕਾਜੀ ਉਲ ਜਕਾਤ ਮਹਾਬਲੀ ਕੋਰੇ ਨੇ ਆਖੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਰੀਰ ਦੇ ਚਾਰ ਵੱਡੇ ਟੋਟੇ ਦਿੱਲੀ ਦੇ ਚੌਂ ਗੇਟਾਂ ਦੇ ਉੱਤੇ ਟੰਗੇ ਜਾਣ ਦਿੱਲੀ ਗੇਟ ਲਾਹੌਰੀ ਗੇਟ ਕਸ਼ਮੀਰੀ ਗੇਟ ਇਹਨਾਂ ਚਾਰ ਗੇਟਾਂ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਰੀਰ ਦੇ ਵੱਡੇ ਟੋਟੇ ਟੰਗੇ ਜਾਣ ਛੋਟੇ ਛੋਟੇ ਟੁਕੜੇ ਗਲੀਆਂ ਵਿੱਚ ਚੁਰਾਹਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਰੀਰ ਦੇ ਟੰਗੇ ਜਾਣ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਜਿਹਨੇ ਮੁਗਲੀਆ ਹਕੂਮਤ ਦੇ ਨਾਲ ਪੰਗਾ ਲਿਆ ਉਹਦਾ ਹਸ਼ਰ ਕੀ ਹੋਇਆ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੀਸ ਧੜ ਨੂੰ ਜੁਦਾ ਕਰਨ ਵਾਸਤੇ ਜਲਾਲ ਆ ਗਏ ਕਾਲੀ ਅਗੇੜੇ ਹੋ ਕੇ ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੀ ਜਾਨ ਬਖਸ਼ੀ ਹੋ ਸਕਦੀ ਸਲਾਮ ਪ੍ਰਵਾਨ ਕਰ ਲਓ ਨੇ ਸਲਾਮ ਪ੍ਰਵਾਨ ਨਹੀਂ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਮੁਸਕਰਾ ਪਏ ਕਾਲੀ ਉਤਕਾਰ ਬਹਾਬਲੀ ਗੋਰਾ ਜਿਹਦੇ ਉੱਤੇ ਤਿੰਨਾ ਸ਼ਹਾਦਤਾਂ ਦਾ ਪਹਿਲਾਂ ਬੜਾ ਗਹਿਰਾ ਅਸਰ ਹੋ ਚੁੱਕੇ ਇਸ ਹੋਰ ਅਨੋਖੀ ਘਟਨਾ ਨੂੰ ਇਹਦੇ ਵਿੱਚ ਵੇਖਣ ਵਾਲੀ ਹਿੰਮਤ ਨਹੀਂ ਰਹੀ ਪਰ ਹੁਕਮ ਦਾ ਕਿਰਤ ਵੱਧਾ ਹੋਇਆ ਜਾ ਨਹੀਂ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਮੇਰੇ ਆਖੇ ਲੱਗੋ ਇਸਲਾਮ ਪ੍ਰਵਾਨ ਕਰ ਲਓ ਹਜ਼ੂਰ ਨੇ ਕਿਹਾ ਕਾਜੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕੰਮ ਕਰਨ ਦੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਨ ਵਾਸਤੇ ਜਲਾਲ ਜਲਾਲੋਦੀਨ ਆਇਆ ਕਹਿਣ ਲੱਗਾ ਗੁਰੂ ਤੇਗ ਬਹਾਦਰ ਮੇਰੇ ਹੱਥ ਵਿੱਚ ਫੜੀ ਹੋਈ ਨੰਗੀ ਤਲਵਾਰ ਇੱਕ ਪਲ ਦੇ ਵਿੱਚ ਤੁਹਾਡਾ ਸੀਸ ਧਰ ਦੇ ਨਾਲੋਂ ਜੁਦਾ ਕਰ ਦੇ ਪਰ ਮੈਂ ਹੈਰਾਨ ਹਾਂ ਕਿ ਇਸ ਸੰਸਾਰ ਦੇ ਉੱਤੇ
ਤੁਹਾਡੇ ਸਾਹਮਣੇ ਮੌਤ ਹੈ, ਮੌਤ ਦਾ ਫਤਵਾ ਜਾਰੀ ਹੋ ਚੁੱਕਿਆ, ਤੁਹਾਨੂੰ ਵੀ ਪਤਾ ਤੁਸਾਂ ਨੇ ਹੁਣ ਇਹ ਸੰਸਾਰ ਫਾਨੀ ਨੂੰ ਛੱਡ ਦੇਣਾ, ਫਿਰ ਵੀ ਮੁਸਕਰਾ ਰਹੇ ਹੋ, ਹੱਸ ਰਹੇ ਹੋ। ਹਜ਼ੂਰ ਨੇ ਅੱਗੋਂ ਜਿਹੜਾ ਬੋਲ ਕੇ ਇੱਕ ਉਰਦੂ ਦਾ ਸ਼ਾਇਰ ਬੜੀਆਂ ਸੁੰਦਰ ਲੈਣਾ ਲਿਖਦਾ ਹੈ, ਉਹ ਕਹਿੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਆਖਿਆ, ਜਲਾਦਾ ਫਿਰ ਸੁਣ, ਹਜ਼ੂਮੇ ਗਮ ਮੇਰੀ ਫਿਤਰਤ ਕੋ ਬਦਲ ਨਹੀਂ ਸਕਦੇ, ਕਿਆ ਕਰੂੰ ਮੇਰੀ ਆਦਤ ਹੈ ਮੁਸਕਰਾਣੇ ਦੀ। ਐ ਜਲਾਦ ਮੈਂ ਕੀ ਕਰਾਂ, ਮੇਰੀ ਆਦਤ ਬਣ ਚੁੱਕੀ ਹੈ, ਮੈਨੂੰ ਵਿਰਾਸਤ ਵਿੱਚ ਮਿਲੀ ਹੈ ਇਹ ਚੀਜ਼, ਮੈਂ ਇਹਦੇ ਬਾਰੇ ਤੈਨੂੰ ਦੱਸ ਨਹੀਂ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਲਾਦ ਕਹਿੰਦਾ, ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰ ਲੈਣੀ ਚਾਹੁੰਦਾ ਹਾਂ ਕਿ ਦੁਨੀਆਂ ਦੇ ਉੱਤੇ ਮਰਨ ਵਾਲੇ ਬੰਦੇ ਕਤਲਗਾਹ ਦੇ ਵਿੱਚ ਘਸੀਟ ਕੇ ਲਿਆਉਂਦੇ ਗਏ, ਰੋਂਦੇ ਪੁਲਾਉਂਦੇ ਲਿਆਉਂਦੇ ਗਏ, ਪੜ੍ਹ ਕੇ ਲਿਆਉਂਦੇ ਗਏ, ਆਹ ਦੁਨੀਆਂ ਦੀ ਮਿਸਾਲ ਕਾਇਮ ਹੋ ਚੱਲੀ ਹੈ। ਗੁਰੂ ਤੇਗ ਬਹਾਦਰ ਤੇ ਉਹਦੇ ਸਿੱਖ ਆਪ ਚੱਲ ਕੇ ਦਿੱਲੀ ਵਿੱਚ ਪਹੁੰਚੇ। ਇਹ ਤੋਂ ਸੁਣਾ ਥਾ ਕਿ ਕਾਤਲ ਮਕਤੂਲ ਕੇ ਪਾਸ ਜਾਏ, ਮਕਤੂਲ ਜਿਹਨੂੰ ਕਤਲ ਕੀਤਾ ਜਾਣਾ, ਕਾਤਲ ਜਿਹਨੇ ਜਲਾਦ ਨੇ ਕਤਲ ਕਰਨਾ। ਕਹਿੰਦਾ ਇਹ ਮੈਂ ਸੁਣਿਆ ਸੀ ਤੇ ਵੇਖਿਆ ਵੀ ਹੈ ਜਗ ਜਾ ਹੈ ਕਿ ਜਿਹਨੇ ਕਤਲ ਹੋਣਾ ਹੈ ਉਹਨੂੰ ਲਿਆਉਂਦਾ ਜਾਂਦਾ ਬਣ ਕੇ ਤੇ ਜਾਂ ਜਲਾਦ ਉਹਦੇ ਕੋਲੇ ਜਾਂਦਾ। ਇਹ ਤੋਂ ਸੁਣਾ ਥਾ ਕਿ ਕਾਤਲ ਮਕਤੂਲ ਕੇ ਪਾਸ ਜਾਏ, ਲੇਕਿਨ ਇਹ ਨਾ ਸੁਣਾ ਥਾ ਕਿ ਮਕਤੂਲ ਕਾਤਲ ਕੇ ਪਾਸ ਆਏ। ਕਹਿੰਦਾ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਹੋ ਰਿਹਾ, ਕਤਲ ਹੋਣ ਵਾਲਾ ਆਪ ਜਲਾਦ ਨੂੰ ਕਹਿ ਰਿਹਾ, ਮੈਨੂੰ ਸ਼ਹਾਦਤ ਦਾ ਬਾਟਾ ਛਕਾ ਦੇ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸੀਸ ਦੇ ਉੱਤੇ ਜਲਾਦ ਜਲਾਲੋ ਦੀ ਨੇ ਤੇਗ ਦਾ ਵਾਰ ਕੀਤਾ ਤੇ ਸਿਰ ਧੜ ਦੇ ਨਾਲ ਜੁਦਾ ਹੋ ਗਿਆ। 11 ਨਵੰਬਰ 1675 ਈਸਵੀ ਮਕਰ ਮਹੀਨੇ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਕਮ ਸੁਣਾਇਆ ਜਲਾਦ ਨੂੰ ਜਦ ਸੀ ਇਨਕਾਰੀ ਨੇ ਖੜਕੇ ਤੇ ਸੀਸ ਸੀਸ ਉਡਾ ਦਿਓ
ਇਸ ਇੱਟ ਦੇ ਨਾਲ ਵੀ ਇਹਦਾ ਇੱਕ ਅੰਗ ਰਕਸ਼ਕ ਮਾਰਿਆ ਗਿਆ। ਤਿੰਨ ਵਾਰ ਹੋਏ
ਤਿੰਨਾਂ ਵਾਰਾਂ ਦੇ ਨਾਲ ਤਿੰਨਾਂ ਬੰਦਿਆਂ ਦੀ ਮੌਤ ਹੋਈ। ਵੱਖਰੀ ਗੱਲ ਹੈ ਕਿ ਔਰੰਗਜ਼ੇਬ ਉਸ ਮੌਤ ਤੋਂ ਬਚ ਗਿਆ। ਇਹ ਗੱਲਾਂ ਇਹ ਘਟਨਾਵਾਂ ਇਸ ਗੱਲ ਦਾ ਸਬੂਤ ਦਿੰਦੀਆਂ ਨੇ ਕਿ ਉਸ ਵੇਲੇ ਸਿੱਖਾਂ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਕਿੰਨਾ ਰੋਸ ਸੀ, ਕਿੰਨਾ ਰੋਸ ਸੀ। ਇਹ ਚਿਣਗਾਰੀ ਇਹ ਚਿਣਗ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਲਾਈ, ਫਿਰ ਉਹਦੇ ਵਿੱਚੋਂ ਕਿੱਡਾ ਵੱਡਾ ਮਹਾਨ ਫਲਸਫਾ ਨਿਕਲਿਆ। ਸਿੱਖੀ ਦੀ ਵਿਰਾਸਤ ਕਿਵੇਂ ਪੁੰਗਰੀ, ਕਿਵੇਂ ਸੰਸਾਰ ਅੰਦਰ ਪ੍ਰਫੁੱਲਿਤ ਹੋਈ, ਇਹ ਸਾਡਾ ਮਹਾਨ ਇਤਿਹਾਸ ਸਾਨੂੰ ਦੱਸਦਾ। ਸਾਡਾ ਵਿਰਾਸਤ ਕਰਿਆ ਇਤਿਹਾਸ ਸਾਡੇ ਸਾਹਮਣੇ ਨੀਤ ਕੀਤਾ ਹੋਇਆ। ਸਮਾਂ ਸਮਾਪਤ ਹੈ, ਇਸ ਤੋਂ ਅਗੇਰੇ ਨਹੀਂ ਜਾਣਾ ਚਾਹੁੰਦਾ। ਇੰਨਾ ਕੁਝ ਕਹਿੰਦਾ ਹੋਇਆ ਬਲਦੇਵ ਸਿੰਘ ਸਭਰਾਵਾਂ ਵਾਲੇ ਦਾ ਕਮਿਸ਼ਨੀ ਜਥਾ ਆਪ ਜੀ ਤੋਂ ਖਿਮਾ ਚਾਹੁੰਦਾ। ਨਾਲ ਦੇ ਸਾਥੀ ਬਲਦੇਵ ਸਿੰਘ ਗੋਪਾ ਰਾਏ, ਦਿਲਬਾਗ ਸਿੰਘ, ਗੁਰਦੈਵ ਸਿੰਘ ਸਭਰਾਵਾਂ ਵਾਲਿਆਂ ਨਾਲ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।